ਗੱਲ ਕਰਾਂਗੇ ਕਿ ਬਾਹਰ ਜਾਣ ਦਾ ਜਿਹੜਾ ਟ੍ਰੈਂਡ ਹੈ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ। ਜਿੰਨੇ ਵੀ ਵਿਦਿਆਰਥੀ ਹੈ ਸਭ ਬਾਹਰ ਜਾਣਾ ਚਾਹੁੰਦੇ ਹੈ, ਤੇ ਸਾਡੀ ਇੱਕ ਸੰਸਥਾ ਜਿਹੜੀ ਕਿ ਲੋਕਾਂ ਨੂੰ ਗਾਈਡ ਕਰਦੀ ਹੈ ਵਿਦਾਊਟ ਟੇਕਿੰਗ ਐਨੀ ਮਨੀ ਕਿ ਕਿੱਦਾਂ ਤੁਸੀਂ ਸੌਖੇ ਤਰੀਕੇ ਨਾਲ ਬਾਹਰ ਜਾ ਸਕਦੇ ਹੋ। ਤਾਂ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਸਿਰਫ 5 ਈਜ਼ੀ ਸਟੈਪਸ ਦੇ ਨਾਲ ਤੁਸੀਂ ਬਾਹਰ ਜਾ ਸਕਦੇ ਹੋ, ਤੇ ਤੁਹਾਨੂੰ ਨਾ ਤਾਂ ਕੋਈ ਇਮਤਿਹਾਨ ਦੇਣ ਦੀ ਲੋੜ ਹੈ, ਨਾ ਕੋਈ ਪੁਰਾਣੇ ਜਾਂ ਨਵੇਂ ਫੰਡਸ ਸ਼ੋਅ ਕਰਨ ਦੀ ਲੋੜ ਹੈ, ਤੇ ਨਾ ਹੀ ਕੋਈ ਇਵੈਲੂਏਸ਼ਨ ਕਰਵਾਉਣ ਦੀ ਲੋੜ ਹੈ। ਸੋ ਈਜ਼ੀ 5 ਸਟੈਪਸ ਨਾਲ ਤੁਸੀਂ ਵੀ ਬਾਹਰ ਜਾ ਸਕਦੇ ਹੋ, ਤੇ ਤੁਹਾਡੇ ਜਿਹੜੇ ਪੇਰੈਂਟਸ ਹੈ ਉਹ ਵੀ ਤੁਹਾਡੇ ਨਾਲ ਬਾਹਰ ਜਾ ਸਕਦੇ ਆ। ਜਾਂ ਤਾਂ ਤੁਸੀਂ ਪੇਰੈਂਟਸ ਨੂੰ ਆਪਣੇ ਨਾਲ ਹੀ ਲੈ ਜਾਓ, ਤੇ ਜਾਂ ਬਾਅਦ ਵਿੱਚ ਵੀ ਉਹ ਇਸੇ ਈਜ਼ੀ 5 ਸਟੈਪਸ ਦੇ ਨਾਲ ਬਾਹਰ ਆ ਸਕਦੇ ਆ। ਸੋ 5 ਈਜ਼ੀ ਸਟੈਪਸ ਕਿਹੜੇ ਆ ਉਹ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ। ਸਭ ਤੋਂ ਪਹਿਲਾਂ ਤੁਸੀਂ ਖੜੇ ਹੋ ਜਾਣਾ, ਤੇ ਪਹਿਲਾਂ ਆਪਣਾ ਲੈਫਟ ਜਿਹੜਾ ਪੈਰ ਹੈ ਅੱਗੇ ਚੱਕਣਾ, ਇਹ ਤੁਹਾਡਾ ਫਸਟ ਸਟੈਪ ਹੋ ਜਾਊਗਾ। ਫਿਰ ਸੈਕਿੰਡ ਸਟੈਪ, ਥਰਡ ਸਟੈਪ, ਫੋਰਥ ਸਟੈਪ ਤੇ ਫਿਫਥ ਸਟੈਪ ਤੇ ਤੁਸੀਂ ਬਾਹਰ ਆ ਜਾਓਗੇ। ਸੋ ਇਸੇ ਤਰੀਕੇ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਬਾਹਰ ਬੁਲਾ ਸਕਦੇ ਹੋ। ਥੈਂਕ ਯੂ।